ਜੇ ਹੁਣ ਕਹੀਏ ਕਿ ਬਾਦਲ ਪਰਿਵਾਰ ਹਰ ਇੱਕ ਹਰ ਸੰਸਥਾ ਨੂੰ ਜਫਾ ਮਾਰ ਕੇ ਬਹਿ ਜਾਵੇ, ਇੱਕ ਪਾਸੇ ਦਾ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਕਿ ਅਕਾਲੀ ਦਲ ਬਾਦਲ ਪਰਿਵਾਰ ਦੀ ਜਗੀਰ ਨਹੀਂ, ਸਿੱਖੀ ਦਾ ਇੰਨਾ ਕਹਾਣ ਕਰਤਾ ਤੁਸੀਂ, ਤਸਵੋਰ ਕੀ ਆਪਾਂ ਕਿੱਥੇ ਜਾਵਾਂਗੇ, ਇੰਨਾ ਆਪਾਂ ਨੀਵੇਂ ਪੱਧਰ ਤੇ ਆ ਕੇ ਡਿੱਗ ਗਏ ਹਾਂ। ਤੇ ਜੇ ਆਪਣੇ ਲਾਲਚ ਕਰਨਗੇ ਜਿਹੜਾ ਕੀਤਾ ਆ, ਫਿਰ ਲੋਕਾਂ ਨੇ ਅੱਗੇ ਵੀ ਉਹਨਾਂ ਨੂੰ ਨਕਾਰਤਾ ਤੇ ਗਾਂ ਵੀ ਸਮਾਂ ਆਪਣੇ ਸਾਹਮਣੇ ਆ ਹੀ ਜਾਣਾ ਆ। ਬਟਾਲਾ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਅੱਜ ਸਮਾਗਮ ਬਹੁਤ ਵੱਡਾ ਕਰਾ ਰਹੇ ਹੋ, ਕਿਹੜੀ ਕਿਹੜੀਆਂ ਚੀਜ਼ਾਂ ਨੇ ਸੁਧਾਰ ਲਹਿਰ ਦੇ ਵਿੱਚ? ਦੇਖੋ, ਗੱਲ ਇਹ ਜੀ ਵੀ ਬੁਨਿਆਦੀ ਰੂਪ ਵਿੱਚ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਬਹੁਤ ਥਿੜਕ ਗਿਆ, ਚੂਲ ਛੱਡ ਗਿਆ, ਵਿਚਾਰਧਾਰਾ ਛੱਡ ਗਿਆ, ਅਕਾਲੀ ਦਲ ਦੇ ਵਿੱਚ ਬੜਾ ਨਿਗਾਰ ਆ ਗਿਆ, ਜਿਸ ਕਾਰਨਾਂ ਨੂੰ ਲੈ ਕੇ ਸੰਗਤਾਂ ਨੇ ਅਕਾਲੀ ਦਲ ਨੂੰ ਛੱਡਤਾ, ਸਿੱਖਾਂ ਚੋਂ ਵੀ ਅਕਾਲੀ ਦਲ ਗਿਆ। ਤੇ ਅਸੀਂ ਸਾਰੇ ਇਹ ਜਿਹੜਾ ਬਣਾ ਕੇ ਤੁਰੇ ਹਾਂ ਵੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆ, ਸਿੱਖ ਪੰਥ ਦੀ ਨੁਮਾਇੰਦਾ ਜਮਾਤ ਆ, ਲੀਡਰਾਂ ਤੋਂ ਗਲਤ ਫੈਸਲੇ ਹੋਏ, ਜਿਹਦਾ ਖਮਿਆਜ਼ਾ ਆਪਾਂ ਭੁਗਤਿਆ, ਉਹ ਜਿਹੜਾ ਵਿਸ਼ਵਾਸ ਟੁੱਟ ਗਿਆ ਅਕਾਲੀ ਦਲ ਦੇ ਲੀਡਰਾਂ ਦਾ, ਉਸ ਵਿਸ਼ਵਾਸ ਨੂੰ ਦੁਬਾਰਾ ਅਸੀਂ ਕਾਇਮ ਕਰਨਾ ਚਾਹੁੰਦੇ ਹਾਂ, ਤਾਂ ਲੋਕ ਫਿਰ ਭਰੋਸਾ ਕਰਨ ਕਿ ਅਕਾਲੀ ਦਲ ਉਹ ਪੁਰਾਣੀ ਯੋਧਿਆਂ ਦੀ ਪਾਰਟੀ ਆ, ਜਹਿਦਾਰਾਂ ਦੀ ਜਮਾਤ ਆ, ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਨੇ ਨਿੱਜ ਨਹੀਂ ਦੇਖਿਆ, ਨਿਰਸਵਾਰਥ ਉਹਨਾਂ ਨੇ ਸੇਵਾ ਕੀਤੀ ਆ। ਹੁਣ ਤਾਂ ਸਾਰੀ ਇੱਕ ਨਿੱਜ ਦੇ ਆਲੇ ਦੁਆਲੇ, ਵਿਅਕਤੀ ਦੇ ਆਲੇ ਦੁਆਲੇ ਪੋਲਿਟਿਕਸ ਘੁੰਮ ਰਹੀ ਆ, ਜਿਨ੍ਹਾਂ ਤੋਂ ਬਹੁਤ ਵੱਡੀਆਂ ਗਲਤੀਆਂ ਹੋ ਗਈਆਂ, ਤੇ ਉਹਨਾਂ ਨੂੰ ਉਹਨਾਂ ਗੁਨਾਹਾਂ ਦੀ ਸਜ਼ਾ ਮਿਲਣੀ ਆ। ਪਰ ਜਿਹੜਾ ਪੰਥ ਇਸ ਵੇਲੇ ਸਜ਼ਾ ਭੁਗਤ ਰਿਹਾ ਉਹ ਬਹੁਤ ਵੱਡੀ ਆ, ਸੋ ਪੰਥ ਨੂੰ ਇਹ ਸੰਕਟ ਚੋਂ ਕੱਢਣ ਦੀ ਲੋੜ ਆ। ਅਕਾਲੀ ਦਲ ਨੂੰ ਉੱਚਾ ਚੱਕੀਏ, ਤਕੜਾ ਕਰੀਏ, ਕਾਇਮ ਕਰੀਏ, ਅਕਾਲੀ ਦਲ ਦੀ ਜਿਹੜੀ ਹਰਮਨ ਪਿਆਰਤਾ ਸੀ ਲੋਕਾਂ ਦੇ ਵਿਚਕਾਰ, ਉਹਨੂੰ ਦੁਬਾਰਾ ਅਸੀਂ ਆਪਣੇ ਲਾਗੂ ਕਰ ਸਕੀਏ, ਕਾਇਮ ਕਰ ਸਕੀਏ। ਇਹ ਸਾਡਾ ਕਿਸੇ ਦਾ ਕੋਈ ਨਿੱਜੀ ਸਵਾਰਥ ਨਹੀਂ, ਕੋਈ ਸਾਡਾ ਆਪਣਾ ਏਜੰਡਾ ਨਿਗਾ, ਅਸੀਂ ਬਿਲਕੁਲ ਸ਼ਾਮ ਹੋ ਕੇ ਸੇਵਾ ਕਰ ਰਹੇ ਹਾਂ, ਤੇ ਤਿਆਗ ਦੀ ਭਾਵਨਾ ਦੇ ਨਾਲ ਅਸੀਂ ਅੱਗੇ ਵਧੇ ਹਾਂ, ਤੇ ਉਹਨਾਂ ਨੂੰ ਵੀ ਤਿਆਗ ਕਰਨਾ ਚਾਹੀਦਾ। ਜੇ ਹੁਣ ਆਪਣਾ ਪੰਥ ਹੀ ਡੁੱਬ ਗਿਆ, ਅੱਜ ਅਕਾਲੀ ਦਲ ਦੀ ਹੋਂਦ ਖਤਰੇ ਵਿੱਚ ਆ, ਜਿੰਨੇ ਵੀ ਕੋਈ ਸਿਆਸਤ ਦੇ ਖੇਤਰ ਨੂੰ ਜਾਣਦੇ ਚੰਗੀ ਤਰ੍ਹਾਂ, ਉਹ ਕਹਿ ਰਹੇ ਕਿ ਅੱਜ ਅਕਾਲੀ ਦਲ ਦੇ ਸਰਵਾਈਵਲ ਦਾ ਖਤਰਾ ਆ, ਤੇ ਜੇ ਅੱਜ ਵੀ ਨਾ ਅਸੀਂ ਕੋਈ ਗੱਲ ਜਾਂ ਅਸੀਂ ਨਾ ਕੋਈ ਆਵਾਜ਼ ਉਠਾ ਸਕੇ ਜੋ ਲੋਕ ਚਾਹੁੰਦੇ ਆ, ਫਿਰ ਤਾਂ ਸਾਡੇ ਲਈ ਵੀ ਬੜੀ ਕਮਜ਼ੋਰੀ ਹੋਊਗੀ। ਇਹ ਸਾਰੀਆਂ ਗੱਲਾਂ ਨੂੰ ਤੁਰੇ ਹਾਂ ਤਾਂ ਕਿ ਸੁਧਾਰ ਲੈ ਕੇ ਆਈਏ, ਤੇ ਦੁਆਰਾ ਮਹੱਲੀਆਂ ਤੇ ਅਸੂਲਾਂ ਤੇ ਸਿਧਾਂਤ ਤੇ ਵਿਚਾਰਧਾਰਾ ਤੇ ਅਕਾਲੀ ਦਲ ਨੂੰ ਦੁਆਰਾ ਲੈ ਕੇ ਜਾ ਸਕੀਏ। ਜਿਸ ਤਰ੍ਹਾਂ ਵੀ ਤਿਆਗ ਦੀ ਭਾਵਨਾ ਕਰਨੀ ਪਊ, ਪਰ ਤਿਆਗ ਕਿਤੇ ਨਜ਼ਰ ਨਹੀਂ ਆ ਰਿਹਾ। ਹੁਣ ਤਾਂ ਉਹ ਤੁਹਾਨੂੰ ਵੀ ਬਾਹਰ ਕੱਢ ਚੁੱਕੇ ਨੇ, ਨਵੀਂ ਕੋਰ ਕਮੇਟੀ ਚੁਣ ਲਈ ਗਈ ਹੈ, ਨਵਾਂ ਢਾਂਚਾ ਚੁਣ ਲਿਆ ਗਿਆ, ਤਿਆਗ ਲੱਗਦਾ ਤੁਹਾਨੂੰ ਕਰਨਗੇ ਜਾਂ ਨਹੀਂ ਕਰਨਗੇ? ਦੇਖੋ, ਇਤਿਹਾਸ ਤਾਂ ਅਕਾਲੀ ਦਲ ਦਾ ਬਹੁਤ ਕੁਰਬਾਨੀਆਂ ਦਰਸਾਉਂਦਾ ਆ। ਤਿਆਗ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਬਰਸੀ ਤੇ ਆਏ ਆ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਨੇ ਜਦੋਂ ਉਹਨਾਂ ਨੂੰ ਟਿਕਟ ਵਾਸਤੇ ਕਿਹਾ ਸੀ ਲੜੋ ਲੋਕ ਸਭਾ ਦੀ, ਉਹਨਾਂ ਨੇ ਤਿਆਗ ਕਰਕੇ ਤਾਂ ਦੇ ਦਿੱਤਾ, ਟਿਕਟ ਦੇ ਦਿੱਤੀ ਫਰੀਦਕੋਟ ਦੀ ਆਪਣੀ ਲੋਕ ਸਭਾ ਦੀ। ਇੱਕ ਦਫਾ ਇਹ ਹਰਚੰਦ ਸਿੰਘ ਲੌਂਗੋਵਾਲ ਪ੍ਰਧਾਨ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੇ ਪ੍ਰਧਾਨਗੀ ਛੱਡਤੀ, ਜੈਮੋਹਨ ਸਿੰਘ ਤੁਰ ਨੂੰ ਪ੍ਰਧਾਨਗੀ ਦੇ ਦਿੱਤੀ। ਇਹ ਹੈ ਤਿਆਗ, ਕੁਰਬਾਨੀਆਂ। ਠੀਕ ਹੈ, ਪਰਿਵਾਰਾਂ ਦਾ ਸਾਰਿਆਂ ਦਾ ਯੋਗਦਾਨ ਆ। ਐਸੀ ਗੱਲ, ਤਲਵੰਡੀ ਸਾਹਿਬ ਦਾ ਪਰਿਵਾਰ ਆ, ਜੈਦਾ ਤੁੜ ਜੀ ਦਾ ਪਰਿਵਾਰ ਹੈ, ਬਰਨਾਲਾ ਸਾਹਿਬ ਆ, ਬਾਦਲ ਪਰਿਵਾਰ ਦਾ ਵੀ ਯੋਗਦਾਨ ਹੈਗਾ ਆ। ਪਰ ਜੇ ਹੁਣ ਕਹੀਏ ਕਿ ਬਾਦਲ ਪਰਿਵਾਰ ਹਰ ਇੱਕ ਹਰ ਸੰਸਥਾ ਨੂੰ ਜਫਾ ਮਾਰ ਕੇ ਬਹਿ ਜਾਵੇ, ਇੱਕ ਪਾਸੇ ਦਾ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਕਿ ਅਕਾਲੀ ਦਲ ਬਾਦਲ ਪਰਿਵਾਰ ਦੀ ਜਗੀਰ ਨਹੀਂ, ਜੇ ਨਹੀਂ ਤੇ ਫਿਰ ਛੱਡ ਦੇਣਾ ਚਾਹੀਦਾ ਤੁਹਾਨੂੰ, ਫਿਰ ਤੁਹਾਨੂੰ ਤਿਆਗ ਕਰਨਾ ਚਾਹੀਦਾ, ਕੁਰਬਾਨੀ ਕਰੋ ਲਈ, ਪੰਜਾਬ ਲਈ, ਸਿੱਖੀ ਲਈ। ਸਿੱਖੀ ਦਾ ਇੰਨਾ ਕਹਾਣ ਕਰਤਾ ਤੁਸੀਂ, ਦੱਸ ਹੋਰ ਕੀ ਆਪਾਂ ਕਿੱਥੇ ਜਾਵਾਂਗੇ, ਇੰਨਾ ਆਪਾਂ ਨੀਵੇਂ ਪੱਧਰ ਤੇ ਆ ਕੇ ਡਿੱਗ ਗਏ ਹਾਂ। ਸੋ ਇਹ ਤਾਂ ਤਿਆਗ ਕਰਨਾ, ਜੇ ਤਿਆਗ ਕਰਨਗੇ ਲੋਕ ਉਹਨਾਂ ਨੂੰ ਚੱਕਣਗੇ,
ਤੇ ਜੇ ਆਪਣੇ ਲਾਲਚ ਕਰਨਗੇ ਜਿਹੜਾ ਕੀਤਾ ਆ ਫਿਰ ਲੋਕਾਂ ਨੇ ਅੱਗੇ ਵੀ ਉਹਨਾਂ ਨੂੰ ਨਕਾਰਤਾ ਤੇ ਗਾਂ ਵੀ ਸਮਾਂ ਆਪਣੇ ਸਾਹਮਣੇ ਆਈ ਜਾਣਾ ਆ। ਜਿਸ ਤਰ੍ਹਾਂ ਸੰਤ ਹਰਜਨ ਸਿੰਘ ਲੌਂਗੋਵਾਲ ਨੇ ਵੱਡੇ ਮੋਰਚਿਆਂ ਦੀ ਅਗਵਾਈ ਕੀਤੀ, ਚਾਹੇ ਧਰਮ ਯੁੱਧ ਮੋਰਚਾ ਹੋਵੇ, ਐਮਰਜੈਂਸੀ ਦੌਰਾਨ ਜਿਹੜਾ ਮੋਰਚਾ ਲੱਗਿਆ ਉਸ ਦੀ ਅਗਵਾਈ ਕਰਨਾ, ਜਿਹੜੇ ਹੁਣ ਦੂਜੇ ਤੁਹਾਡੇ ਸਾਥੀ ਨੇ ਉਹ ਤਾਂ ਮੋਰਚਿਆਂ, ਜਿਹੜੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਨੇ ਉਹ ਮੋਰਚੇ ਲਾਉਣਗੇ, ਕਿਉਂਕਿ ਪੰਜਾਬ ਦੇ ਹੱਕ ਲਗਾਤਾਰ ਖੋਏ ਜਾ ਰਹੇ ਨੇ। ਚੰਡੀਗੜ੍ਹ ਚ ਹੋਈ ਦੀ ਗੱਲ ਹੋਵੇ ਜਾਂ ਫਿਰ ਹਰਿਆਣੇ ਦੀ ਕਮੇਟੀ ਜਾਣ ਦੀ ਗੱਲ ਹੋਵੇ ਜਾਂ ਫਿਰ ਕਈ ਚੀਜ਼ਾਂ ਨੇ ਜਿਹੜੀਆਂ ਹੋਈ। ਦੇਖੋ ਇਹੀ ਤਾਂ ਬਦਕਿਸਮਤੀ ਆ, ਅਕਾਲੀ ਦਲ ਉਸ ਪੋਜੀਸ਼ਨ ਤੇ ਪਹੁੰਚ ਗਿਆ ਜਿੱਥੇ ਮੋਰਚੇ ਲਾਉਣ ਜੋਗਾ ਰਿਹਾ ਨਹੀਂ ਤਾਂ ਉਹ ਅਕਾਲੀ ਦਲ ਸੀਗਾ। ਜਦੋਂ ਕਾਲ ਦਿੰਦੇ ਸੀ ਤੇ ਮੋਰਚੇ ਲਾਉਣ ਨੂੰ ਪਿੰਡਾਂ ਚ ਬਜ਼ੁਰਗ ਪਿੰਡਾਂ ਚ ਆਪਣਾ ਕਾਡਰ ਤਿਆਰ ਬੈਠਾ ਹੁੰਦਾ ਸੀਗਾ। ਹੁਣ ਤਾਂ ਕੋਈ ਮੋਰਚੇ ਲਾਉਣ ਦੀ ਕੀ ਗੱਲ ਕਰੀਏ, 57 ਨੀ ਕੋਈ ਝਲ ਕੇ ਰਾਜੀ, ਮੋਰਚੇ ਕਿੱਥੇ ਲਾਉਣੇ ਆ। ਸੋ ਇਹ ਤਾਂ ਉਹੀ ਤਾਂ ਹੀ ਕਹਿੰਦੇ ਆ ਵੀ ਉਹ ਭਾਵਨਾ ਚਾਹੀਦੀ ਆ ਜਿਹੜੀ ਪਹਿਲਾਂ ਆਪਣੇ ਜਥੇਦਾਰਾਂ ਵਿੱਚ ਸੀਗੀ, ਅਕਾਲੀ ਯੋਧਿਆਂ ਵਿੱਚ ਸੀਗੀ। ਅਕਾਲੀ ਦਲ ਨੂੰ ਤਾਂ ਕਹਿੰਦੇ ਸੀ ਅਕਾਲ ਪੁਰਖ ਦੀ ਫੌਜ ਆ, ਹੁਣ ਇਹ ਸਰਮਾਏਦਾਰੀ ਦੀ ਫੌਜ ਬਣ ਗਈ ਆ। ਸਰਮਾਏਦਾਰਾਂ ਨੇ ਮੋਰਚੇ ਕਿੱਥੇ ਲਾਉਣੇ ਆ, ਜਿਹੜਾ ਨਸ਼ਾ ਵੇਚਿਆ ਪੈਸੇ ਬਣਾਏ ਉਹ ਸਿਰਫ ਜਾਇਦਾਦਾਂ ਇਕੱਠੀਆਂ ਕਰਨ ਵਾਸਤੇ ਆਏ ਸੀਗੇ ਪੋਲਿਟਿਕਸ ਵਿੱਚ, ਤੇ ਸਾਰਾ ਤਾਂ ਨਿਗਾਰ ਉਹਨਾਂ ਕਰਕੇ ਹੋਇਆ ਤੇ। ਪਰ ਅਕਾਲੀ ਦਲ ਨੂੰ ਇੱਕ ਨਾ ਇੱਕ ਦਿਨ ਉਹਨਾਂ ਲੀਹਾਂ ਤੇ ਆਉਣਾ ਪਊਗਾ, ਮੋਰਚੇ ਲਾਉਣੇ ਪੈਣਗੇ। ਜੇ ਮੋਰਚੇ ਅਕਾਲੀ ਦਲ ਲਾਉਣ ਜੋਗਾ ਹੁੰਦਾ ਤੇ ਹਰਿਆਣੇ ਦੀ ਕਮੇਟੀ ਵੱਖਰੀ ਨਾ ਬਣਦੀ, ਅੱਜ ਸਾਡੇ ਹੱਕ ਨਾ ਖੋਏ ਜਾਂਦੇ, ਅੱਜ ਸਾਡੇ ਤੇ ਡਾਕਾ ਨਾ ਵੱਜਦਾ, ਸਾਰੇ ਮਸਲੇ ਸਾਡੇ ਹੱਲ ਹੋ ਜਾਣੇ ਸੀਗੇ। ਇੱਥੋਂ ਤੱਕ ਹੁਣ ਕੀ ਗੱਲ ਕਰੀਏ, ਸੰਤ ਲੌਂਗੋਵਾਲ ਆਪਣੀ ਜਾਨ ਗੁਆ ਗਏ, ਜਿੱਦਾਂ ਦਾ ਵੀ ਸੀ ਪੰਜਾਬ ਅਕੋਰਡ ਲਾਗੂ ਹੋਣਾ ਚਾਹੀਦਾ ਸੀਗਾ, ਪੰਜਾਬ ਅਕੋਰਡ ਵੀ ਨਹੀਂ ਲਾਗੂ ਹੋਇਆ ਦੱਸੋ ਤੇ ਪੰਜਾਬ ਕਿੱਥੇ ਖੜਾ ਅੱਜ ਆਪਣਾ। ਸੋ ਇਹ ਸਾਰੀਆਂ ਗੱਲਾਂ ਅਕਾਲੀ ਦਲ ਦੇ ਲੀਡਰਾਂ ਨੂੰ ਬੜੀ ਗੰਭੀਰਤਾ ਨਾਲ ਵਿਚਾਰਨੀਆਂ ਪੈਣਗੀਆਂ। ਜੇ ਕਹੀਏ ਵੀ ਹਾਂ ਠੀਕ ਆ ਤੁਸੀਂ ਪ੍ਰਧਾਨਗੀ ਨੂੰ ਜਫਾ ਮਾਰ ਕੇ ਬੈਠੇ ਹੋ, ਜ਼ਮੀਨ ਤਾਂ ਤੁਹਾਡੇ ਥੱਲੇ ਖਿਸਕ ਗਈ ਆ, ਲੋਕਾਂ ਨੇ ਤੁਹਾਡਾ ਸਾਥ ਛੱਡਤਾ, ਕੰਧ ਤੇ ਲਿਖਿਆ ਪੜ੍ਹਨਾ ਚਾਹੀਦਾ ਲੋਕ ਕੀ ਕਹਿੰਦੇ ਆ, 2024 ਚ ਕੀ ਕਿਹਾ, 2022 ਚ ਕੀ ਕਿਹਾ, ਤੇ ਜੋ ਆਪਾਂ ਪਹਿਲਾਂ ਕੀਤਾ ਉਹ ਤਾਂ ਨਾ ਭੁੱਲਣ ਯੋਗ ਆ ਨਾ ਬਖਸ਼ਣ ਯੋਗ ਆ। ਸੋ ਇਹ ਗੱਲਾਂ ਸਾਰੀਆਂ ਸਾਹਮਣੇ ਆ ਸੰਗਤਾਂ ਦੇ ਤੇ ਸੰਗਤ ਫੈਸਲਾ ਕਰੂਗੀ। ਸਾਨੂੰ ਉਮੀਦ ਆ ਕਿ ਇਸ ਜਿਹੜੀ ਅਸੀਂ ਇਹ ਇੱਕ ਮੂਵਮੈਂਟ ਸ਼ੁਰੂ ਕਰਨ ਤੁਰੇ ਆ, ਸ਼ੁਰੂ ਕੀਤੀ ਆ ਮੂਵਮੈਂਟ ਅਸੀਂ, ਤੇ ਅਸੀਂ ਅਕਾਲੀ ਦਲ ਦੇ ਭਲੇ ਵਾਸਤੇ ਕੀਤੀ ਆ, ਪੰਥ ਦੇ ਫਾਇਦੇ ਵਾਸਤੇ ਕੀਤੀ ਆ, ਕੋਈ ਨਿੱਜੀ ਵਿਅਕਤੀ ਵਾਸਤੇ ਨਹੀਂ ਕੀਤੀ, ਨਾ ਕਿਸੇ ਨਿੱਜੀ ਪਰਿਵਾਰ ਵਾਸਤੇ ਕੀਤੀ ਆ। ਤੇ ਜਦੋਂ ਇਹ ਮੂਵਮੈਂਟ ਤਕੜੀ ਹੋ ਗਈ ਆਪੇ ਅਕਾਲੀ ਦਲ ਨੇ ਮੋਰਚੇ ਲਾਉਣੇ ਸ਼ੁਰੂ ਕਰ ਦੇਣੇ ਆ। ਬਹੁਤ ਬਹੁਤ ਧੰਨਵਾਦ। ਤਾਂ ਟਕਸਾਲੀ ਲੀਡਰ ਜਿਹੜੇ ਇਸ ਸਮੇਂ ਸਾਡੇ ਨਾਲ ਗੱਲਬਾਤ ਕਰ ਰਹੇ ਸੀ, ਕਈ ਤਰ੍ਹਾਂ ਦੇ ਸਵਾਲ ਉਹਨਾਂ ਨੇ ਚੁੱਕੇ ਨੇ ਕਿ ਉਹ ਲੋਕ ਕਿੱਥੋਂ ਅਗਵਾਈ ਕਰ ਲੈਣਗੇ ਕੌਮ ਦੀ, ਪੰਥ ਦੀ, ਜਿਹਨਾਂ ਲੋਕਾਂ ਦਾ ਪੰਜਾਬ ਦੇ ਵਿੱਚ ਜਿਹਨਾਂ ਨੇ ਸਿੱਖੀ ਦਾ ਘਾਣ ਕੀਤਾ ਹੋਵੇ ਜਾਂ ਡਰੱਗ ਦਾ ਹੋਵੇ ਜਾਂ ਫਿਰ ਮਾਫੀਆ ਦਾ ਜ਼ਿਕਰ ਹੁੰਦਾ ਹੋਵੇ, ਉਹ ਕਿੱਥੋਂ ਅਕਾਲੀ ਦਲ ਨੂੰ ਚਲਾ ਸਕਦੇ ਨੇ। ਇਸ ਕਰਕੇ ਅਸੀਂ ਤਿਆਗ ਦੀ ਭਾਵਨਾ ਦੇ ਨਾਲ ਚੱਲੇ ਹਾਂ, ਤਾਂ ਸੁਖਵੀਰ ਬਾਦਲ ਨੂੰ ਵੀ ਤਿਆਗ ਦਿਖਾਉਣਾ ਚਾਹੀਦਾ ਹੈ। ਵੱਡੇ ਜਿਹੜੇ ਲੀਡਰ ਨੇ ਉਹਨਾਂ ਨੇ ਵੀ ਕਈ ਕੁਰਬਾਨੀਆਂ ਦਿੱਤੀਆਂ ਨੇ, ਕਈ ਤਿਆਗ ਪਏ ਨੇ, ਤਾਂ ਹੀ ਅਕਾਲੀ ਦਲ ਦਾ ਸੁਧਾਰ ਹੋ ਸਕਦਾ। ਸਾਥੀ ਸੁਖਜਿੰਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਘੋੜੇ, ਰੋਜ਼ਾਨਾ ਸਪੋਕਸਮੈਨ ਟੀਵੀ, ਸੰਗਰੂਰ।